ਗੱਲ ਸਾਰੇ ਯਾਰਾਂ ਦੋਸਤਾਂ ਨੂੰ ਕੀ ਹਾਲ ਚਾਲ ਨੇ ਜੀ ਫਰੈਸ਼ ਆਰਟ ਗਾਰਮੈਂਟਸ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤੁਹਾਨੂੰ ਦਿਖਾਉਂਦੇ ਹਾਂ ਫੁੱਲ ਸਲੀਵ ਦੇ ਨਵੇਂ ਆਏ ਆਰਟੀਕਲ। ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਜੀ, ਫੁੱਲ ਸਲੀਵ ਦੇ ਵਿੱਚ ਵਰਾਇਟੀ ਸ਼ੁਰੂ ਹੋ ਗਈ ਹੈ ਆਪਣੀ। ਬਹੁਤ ਸੋਹਣੀ ਕਢਾਈ ਵਾਲਾ ਪੀਸ, ਇਸ ਦੇ ਵਿੱਚ ਸਾਈਜ਼ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸਐਲ ਤੱਕ ਮਿਲ ਜਾਣਗੇ, ਜੋ ਕਿ ਪੂਰੇ ਸਟੈਂਡਰਡ ਸਾਈਜ਼ ਕੁਆਲਿਟੀ ਹੋਊਗੀ। ਇਸ ਦੇ ਬੈਕ 'ਤੇ ਵੀ ਬਹੁਤ ਸੋਹਣਾ ਪ੍ਰਿੰਟ ਹੈ, ਪ੍ਰਿੰਟ ਦੀ ਫੁੱਲ ਗਰੰਟੀ ਹੈ ਜੀ, ਪ੍ਰਿੰਟ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊ। ਕਈ ਦਿਨਾਂ ਬਾਅਦ ਵੀਡੀਓ ਪਾਉਂਦੇ ਹਾਂ ਜੀ, ਕਈ ਵਾਰ ਨਹੀਂ ਟਾਈਮ ਲੱਗਦਾ ਜੀ, ਇਸ ਲਈ ਮਾਫ਼ ਕਰਿਓ, ਪਰ ਤੁਹਾਨੂੰ ਹਰ ਵਾਰ ਕੋਈ ਨਵੀਂ ਵਰਾਇਟੀ ਦੀ ਵੀਡੀਓ ਹੀ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਆਪਣੇ ਕੋਲ ਕਿਸ ਤਰ੍ਹਾਂ ਦੀ ਵਰਾਇਟੀ ਆਉਂਦੀ ਹੈ। ਇਸ ਦਾ ਹੀ ਦੂਸਰਾ ਕਲਰ, ਬਹੁਤ ਸੋਹਣੀ ਕੁਆਲਿਟੀ ਜੀ, ਸਾਰਿਆਂ ਦਾ ਫੇਵਰੇਟ ਕਲਰ ਰੈੱਡ। ਬਹੁਤ ਸੋਹਣੇ ਆਰਟੀਕਲ ਨੇ, ਲੇਵਲ ਫਿਨਿਸ਼ਿੰਗ ਤੱਕ ਚੈੱਕ ਕਰ ਸਕਦੇ ਹੋ ਤੁਸੀਂ, ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਕੱਪੜੇ ਦੀ। ਦੇਖੋ ਅੰਦਰੋਂ ਵੀ ਬਹੁਤ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਹੈ, ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਨਵੇਂ ਨਵੇਂ ਆਰਟੀਕਲਾਂ ਦਾ। ਆ ਦੇਖੋ ਕਿੰਨਾ ਸੋਹਣਾ ਆਰਟੀਕਲ, ਪੂਰੀ ਐਮਬਰਾਇਡਰੀ ਵਰਕ ਹੈ ਜੀ, ਕੋਈ ਪੈਚ ਨਹੀਂ ਹੈਗਾ, ਪੂਰਾ ਐਮਬਰਾਇਡਰੀ ਦਾ ਵਰਕ ਹੈ, ਬਹੁਤ ਸੋਹਣੀ ਕੁਆਲਿਟੀ ਹੈ ਕੱਪੜੇ ਦੀ। ਅਤੇ ਹਾਂ, ਜਿਹੜੇ ਔਡਰ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ, ਪਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਆਪਣੇ ਕੋਲ, ਆਪਾਂ ਕੈਸ਼ 'ਤੇ ਹੀ ਕੰਮ ਕਰਦੇ ਹਾਂ, ਗੂਗਲ ਪੇ ਫੋਨਪੇ ਵਗੈਰਾ ਸਾਰਾ ਚੱਲਦਾ ਜੀ ਆਪਣੇ ਕੋਲ, ਪਹਿਲਾਂ ਕੈਸ਼ ਔਨਲਾਈਨ ਕਰ ਸਕਦੇ ਹੋ ਤੁਸੀਂ, ਉਸ ਤੋਂ ਬਾਅਦ ਤੁਹਾਡਾ ਪਾਰਸਲ ਡਿਲੀਵਰ ਕੋਰੀਅਰ ਕਰ ਦਿੱਤਾ ਜਾਊਗਾ, ਉਸ ਦੀ ਫੁੱਲ ਗਰੰਟੀ ਲੈਂਦੇ ਹਾਂ ਜੀ ਆਪਾਂ। ਇਸ ਦਾ ਦੂਸਰਾ ਕਲਰ, ਬਹੁਤ ਜ਼ਿਆਦਾ ਆਰਟੀਕਲ ਨੇ ਜੀ ਆਪਣੇ ਕੋਲ ਫੁੱਲ ਸਲੀਵ ਦੇ ਵਿੱਚ, ਤੁਹਾਨੂੰ ਥੋੜ੍ਹੇ ਹੀ ਨਜ਼ਰ ਕਰਾ ਰਹੇ ਹਾਂ ਕਿਉਂਕਿ ਇੰਨਾ ਵੀਡੀਓ ਦੇ ਵਿੱਚ ਦਿਖਾਇਆ ਨਹੀਂ ਜਾਂਦਾ ਜੀ ਮਾਲ। ਇਸ ਦਾ ਹੀ ਤੀਸਰਾ ਕਲਰ, ਹਰੇਕ ਆਰਟੀਕਲ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਜਾਂ ਚਾਰ ਚਾਰ ਕਲਰ ਅਵੇਲੇਬਲ ਮਿਲ ਜਾਣਗੇ, ਸਾਈਜ਼ ਫੁੱਲ ਗਰੰਟੀ ਵਾਲੇ ਸਾਈਜ਼ ਹੋਣਗੇ, ਐਮ ਤੋਂ ਲੈ ਕੇ ਡਬਲ ਐਕਸਲ ਤੱਕ, ਐਮ ਐਲ ਐਕਸਲ ਡਬਲ ਐਕਸਲ। ਆਪਣਾ ਇੰਸਟਾਗ੍ਰਾਮ 'ਤੇ ਵੀ ਪੇਜ ਹੈਗਾ ਜੀ ਫਰੈਸ਼ ਹਟ 7 ਨਾਮ ਦੇ ਉੱਪਰ, ਪਲੀਜ਼ ਉਸਨੂੰ ਵੀ ਫੋਲੋ ਕਰ ਲਓ, ਤੁਹਾਡੀ ਬੜੀ ਮਿਹਰਬਾਨੀ ਹੋਊ। ਅਤੇ ਹਾਂ, ਜਿੰਨੇ ਮੇਰੇ ਯਾਰ ਦੋਸਤ ਬਾਹਰੋਂ ਦੇਖਦੇ ਆ ਜੀ, ਪਲੀਜ਼ ਲੈਂਗੁਏਜ ਨੂੰ ਜ਼ਰੂਰ ਕੋਪਰੇਟ ਕਰੋ ਜੀ, ਹੋਰ ਵੀ ਬਹੁਤ ਜ਼ਿਆਦਾ ਆਰਟੀਕਲ ਨੇ ਜੀ, ਤੁਸੀਂ ਵਟਸਐਪ 'ਤੇ ਜਾਂ ਫਿਰ ਆਪਣੇ ਇੰਸਟਾਗ੍ਰਾਮ ਆਈ ਡੀ 'ਤੇ ਚੈੱਕ ਕਰ ਸਕਦੇ ਹੋ, ਉੱਥੇ ਅਪਡੇਟ ਪੈਂਦੀ ਰਹਿੰਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਅਗਲੀ ਵਾਰ ਵੀਡੀਓ ਲੈ ਕੇ ਆਵਾਂਗੇ ਇਹਨੂੰ ਕੁਛ ਨਵੀਂ ਵਰਾਇਟੀ ਦੇ ਨਾਲ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਧੰਨਵਾਦ ਜੀ।